take. India Field Hockey Club is the runners-up for this women division. I congratulate their girls and their coaches and manager. And thank you for their participation in this tournament. So I congratulate India's club women team, because they got the second place in this tournament. And thank you very much. Check my testing. Check. Check. Testing volume. Check. No, it was because the mic switched, but the setting different. Thank you.
ਫਰਨੀਚਰ ਲੈਣ ਦੇ ਸਾਡੇ ਸਤਿਕਾਰਯੋਗ ਸੈਮ ਭਾਜੀ ਜਿਹੜੇ ਕਿ ਟੂਰਨਾਮੈਂਟ ਦੇ ਪ੍ਰਬੰਧਕ ਤੋਂ ਅਤਿਅੰਤ ਖੁਸ਼ ਨੇ ਔਰ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਜਿੰਨਾ ਸੋਹਣਾ ਪ੍ਰਬੰਧਕਾਂ ਨੇ ਕੀਤਾ ਪੈਨਲਟੀ ਕਾਰਡ ਤੋਂ ਬਾਅਦ ਦੱਸਦਾ ਪ੍ਰਬੰਧਕਾਂ ਤੋਂ ਖੁਸ਼ ਹੋ ਕੇ ਉਹਨਾਂ ਨੇ ਕਿਹਾ ਜੀ ਕਿ ਅਗਲੇ ਸਾਲ ਜਿਹੜਾ ਇਹ ਟੂਰਨਾਮੈਂਟ ਵੈਸਟ ਕੋਸਟ ਦਾ ਹੋਏਗਾ ਉਹਦੇ ਵਿੱਚ 10,000 ਬੋਤਲਾਂ ਪਾਣੀ ਦੀਆਂ ਜਿਹੜੀਆਂ ਦੇਣਗੇ 10,000 ਬੋਤਲਾਂ ਪਾਣੀ ਦੀਆਂ ਤਾੜੀਆਂ ਜ਼ਰੂਰ ਮਾਰਦੇ ਕਰੀ 10,000 ਬਹੁਤ ਵੱਡਾ ਨੰਬਰ ਹੈ 10,000 ਬੋਤਲਾਂ ਪਾਣੀ ਦੀਆਂ ਜਿਹੜੀਆਂ ਸੈਮ ਭਾਜੀ ਸਾਡੇ ਫਰਨੀਚਰ ਲੈਣ ਵਾਲੇ ਉਹਨਾਂ ਨੇ ਕਿਹਾ ਜੀ ਕਿ ਅਗਲੇ ਸਾਲ ਅਸੀਂ ਇਹ ਦੇਵਾਂਗੇ ਸਾਰੇ ਖਿਡਾਰੀਆਂ ਦੇ ਵਿੱਚ ਸਤਿਕਾਰਯੋਗ ਸ਼ਖਸੀਅਤ ਸਰਦਾਰ ਬਲਬੀਰ ਸਿੰਘ ਜੀ ਜਿਹੜੇ ਕਿ ਪੰਜਾਬ ਗਾਰਡੀਅਨ ਤੋਂ ਆਏ ਨੇ ਔਰ ਬਹੁਤ ਵਡਮੁੱਲਾ ਉਹਨਾਂ ਦਾ ਯੋਗਦਾਨ ਹੈ ਇਸ ਟੂਰਨਾਮੈਂਟ ਦੇ ਵਿੱਚ ਮੀਡੀਆ ਸਪੋਂਸਰ ਦੇ ਜ਼ਰੀਏ ਸਾਡੇ ਪ੍ਰਬੰਧਕ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਆ ਉਹਨਾਂ ਦੇ ਸਨਮਾਨ ਸਤਿਕਾਰ ਅਦਬ ਨੂੰ ਕਾਇਮ ਰੱਖਦੇ ਆ ਉਹਨਾਂ ਨੂੰ ਇੱਕ ਕਲੱਬ ਵੱਲੋਂ ਜਾਣਕਾਰੀ ਚਿੰਨ੍ਹ ਇੱਕ ਯਾਦਗਾਰੀ ਚਿੰਨ੍ਹ ਉਹਨਾਂ ਦੇ ਨਾਲ ਭੇਟਾਂ ਦੇ ਵਿੱਚ ਲਿਆਉਣਾ ਚਾਹੁੰਦੇ ਨੇ ਮੈਂ ਬੇਨਤੀ ਕਰਾਂਗਾ ਸਰ ਬਲਬੀਰ ਸਿੰਘ ਉਹਨਾਂ ਨੂੰ ਪਲੀਜ਼ ਜਾਣ ਔਰ ਉਹਨਾਂ ਨੂੰ ਇਹ ਜਿਹੜੀਆਂ ਸੇਵਾਵਾਂ ਉਹਨਾਂ ਦੀਆਂ ਮੁੱਖ ਰੱਖ ਕੇ ਇਹ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਦਿੱਤਾ ਜਾਵੇ ਗੇਮ ਜਿਹੜੀ ਇਸ ਵੇਲੇ ਚੱਲ ਰਹੀ ਹੈ ਦੇਖ ਰਹੇ ਹੋ ਤੁਸੀਂ ਇਹ BC ਅੰਡਰ 18 ਚਿੱਟੀਆਂ ਪੁਸ਼ਾਕਾਂ ਦੇ ਵਿੱਚ ਹੈ ਵਾਈਟ ਅਤੇ ਦੂਸਰੇ ਪਾਸੇ ਵੈਸਟ ਕੋਸਟ ਕਿੰਗਸ ਹੋਸਟ ਕਰ ਰਹੀ ਹੈ ਜਿਹੜੀ ਕਲੱਬ ਉਹਨਾਂ ਦੀ ਟੀਮ ਜਿਹੜੀ ਫਾਈਨਲ 'ਚ ਪਹੁੰਚੀ ਹੋਈ ਹੈ ਉਹਨਾਂ ਦਾ ਮੁਕਾਬਲਾ ਹੋ ਰਿਹਾ ਇਸ ਵੇਲੇ 0-0 'ਤੇ ਨੇ ਦੋਵੇਂ ਟੀਮਾਂ ਪਹਿਲਾ ਹਾਫ ਚੱਲ ਰਿਹਾ ਸੋ ਕੋਈ ਟੀਮ ਹਾਲੇ ਤੱਕ ਗੋਲ ਸਕੋਰ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਸਾਡੀ ਇਸ ਵੈਸਟ ਕੋਸਟ ਕਿੰਗਸ ਦੇ ਚੇਅਰਮੈਨ ਸਾਡੇ ਨਿੱਜਰ ਭਾਜੀ ਉਹਨਾਂ ਦਾ ਲਖਤੀ ਜ਼ਿਕਰ ਖੇਲ ਰਿਹਾ ਇਸ ਵੈਸਟ ਕੋਸਟ ਦੀ ਟੀਮ ਦੇ ਵਿੱਚ ਆਈ ਥਿੰਕ ਨੰਬਰ 47 ਆਈ ਬਿਲੀਵ ਫੁੱਲ ਬੈਕ ਦੀ ਪੋਜੀਸ਼ਨ 'ਤੇ ਖੇਡ ਰਿਹਾ ਸਿਮਰਨਜੀਤ ਨਿੱਜਰ ਜਿਹੜਾ ਨੌਜਵਾਨ ਗੱਭਰੂ ਹੈ ਖੇਡ ਰਿਹਾ ਸਾਡੇ ਨਿੱਜਰ ਸਾਹਿਬ ਜਿਹੜੇ ਕਿ ਚੇਅਰਮੈਨ ਨੇ ਇਸ ਟੂਰਨਾਮੈਂਟ ਆਰਗੇਨਾਈਜ਼ਿੰਗ ਕਮੇਟੀ ਦੇ ਸੋ ਅਸੀਂ ਨਿੱਜਰ ਸਾਹਿਬ ਵੱਲੋਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਸਵਾਗਤ ਵੀ ਕਰਦੇ ਹਾਂ ਸਾਰਿਆਂ ਦਾ ਕਿ ਤੁਸੀਂ ਇਸ ਟੂਰਨਾਮੈਂਟ ਕਮੇਟੀ ਨੂੰ ਬਹੁਤ ਸਹਿਯੋਗ ਉੱਦਮ ਉਪਰਾਲੇ ਦੇ ਨਾਲ ਦੇ ਰਹੇ ਹੋ ਔਰ ਇਸ ਟੂਰਨਾਮੈਂਟ ਕਮੇਟੀ ਨੂੰ ਤੁਸੀਂ ਆਪਣਾ ਆਸ਼ੀਰਵਾਦ ਭੇਜ ਰਹੇ ਹੋ ਨਿੱਜਰ ਸਾਹਿਬ ਵੱਲੋਂ ਸਾਰਿਆਂ ਦਾ ਹਾਰਦਿਕ ਸਵਾਗਤ ਇੱਕ ਹੋਰ ਨੌਜਵਾਨ ਜਿਹੜਾ ਖੇਡ ਰਿਹਾ ਜੀ ਸਾਡੇ ਬੱਲੇ ਭਾਜੀ ਦਾ ਭਤੀਜਾ ਹੈ ਨੰਬਰ 6 ਔਰ ਬੱਲੇ ਭਾਜੀ ਦਾ ਮੁੰਡਾ ਚੰਦਰੂਪ ਗਿੱਲ ਜਿਹੜਾ ਕਿ ਖੇਡ ਰਿਹਾ ਵੈਸਟ ਕੋਸਟ ਕਿੰਗਸ ਦੇ ਜਿਹੜੇ ਸਾਡੇ ਬੋਰਡ ਮੈਂਬਰ ਨੇ ਉਹਨਾਂ ਦਾ ਬੇਟਾ BC ਦੀ ਟੀਮ ਵਿੱਚ ਖੇਡ ਰਿਹਾ ਹੈ
गया आई थिंक डिसअलाउ कर दिता गोल गया गोल सो 0-0 हाले तक स्कोर बनया है दोनों टीमों का ਸਾਡੀ ਇੱਕ ਹੋਰ ਸਤਿਕਾਰਯੋਗ ਸ਼ਖਸੀਅਤ ਸਿਕੰਦਰ ਸਹੋਤਾ ਜੀ ਜਿਹੜੇ ਸਾਡੇ ਆਏ ਹੋਏ ਨੇ ਇੱਥੇ ਸਾਡੇ ਬਲਕਾਰ ਸਹੋਤਾ ਜੀ ਦੇ ਬ੍ਰਦਰ ਨੇ ਉਹਨਾਂ ਦੇ ਮਾਣ ਸਨਮਾਨ ਲਈ ਕਿਉਂਕਿ ਸਾਡੇ ਬ੍ਰਾਂਚ ਸਪੋਂਸਰ ਨੇ ਉਹ ਸੋ ਉਹਨਾਂ ਦੇ ਮਾਣ ਸਨਮਾਨ ਲਈ ਅਸੀਂ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹਾਂ ਇੱਕ ਸਨਮਾਨ ਦੇਣਾ ਚਾਹੁੰਦੇ ਹਾਂ ਸੋ ਮੈਂ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਾਂਗਾ ਕਿ ਸਾਡੇ ਆਰਗੇਨਾਈਜ਼ਰ ਨੇ ਉਹਨਾਂ ਦੇ ਮਾਣ ਸਨਮਾਨ ਵਿੱਚ ਅੱਗੇ ਆਉਣ ਔਰ ਉਹਨਾਂ ਦੀ ਇਸ ਹੌਸਲਾ ਅਫਜ਼ਾਈ ਨੂੰ ਅਸੀਂ ਇਸੇ ਤਰ੍ਹਾਂ ਕਾਇਮ ਰੱਖਾਂਗੇ ਸਾਡਾ ਵਾਅਦਾ ਅਤੇ ਉਹਨਾਂ ਵੱਲੋਂ ਅਸੀਂ ਹਮੇਸ਼ਾ ਉਮੀਦ ਰੱਖਾਂਗੇ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਵੱਧ ਤੋਂ ਵੱਧ ਮਾਲੀ ਮਦਦ ਦੇ ਕੇ ਨਿਵਾਜਦੇ ਰਹਿਣ Thank you.
Let's go travel ਜਿਹੜੇ ਇੰਡੀਆ ਦੀ ਟਿਕਟ ਸਾਨੂੰ ਕੰਪਲੀਮੈਂਟਰੀ ਦੇ ਰਹੇ ਨੇ ਉਹਨਾਂ ਵੱਲੋਂ ਫਿਰ ਇੱਕ ਵਾਰੀ ਐਲਾਨ ਹੈ ਕਿ ਤੁਸੀਂ ਟਿਕਟਾਂ ਖਰੀਦੋ ਉਹਨਾਂ ਦੇ ਬੂਥ ਤੇ ਜਾ ਕੇ ਔਰ ਉਹਦਾ ਡਰਾ ਕੱਢਿਆ ਜਾਏਗਾ ਫਾਈਨਲਸ ਮੈਚ ਤੋਂ ਪਹਿਲਾਂ ਅਗਰ ਹੋ ਸਕਦਾ ਹੈ ਤੁਸੀਂ ਟਿਕਟਾਂ ਖਰੀਦੋਗੇ ਔਰ ਤੁਹਾਨੂੰ ਇੱਕ ਇੰਡੀਆ ਦੀ ਟਿਕਟ ਜਿਹੜੀ ਹੈ ਉਹ ਜਿੱਤ ਕੇ ਤੁਸੀਂ ਲੈ ਜਾਓ ਇੱਥੋਂ ਸੋ ਬਾਕੀ ਵਨ ਨਾਈਟ ਸਟੇ ਵੀ ਜੇ ਦੇ ਰਹੇ ਨੇ ਤੁਹਾਨੂੰ ਉਹਦੇ ਲਈ ਵੀ ਡਰਾ ਦੀਆਂ ਟਿਕਟਾਂ ਖਰੀਦ ਸਕਦੇ ਹੋ ਔਰ ਬੜੀ ਵਧੀਆ ਸਰਵਿਸ ਲਿਮੋਜ਼ੀਨ ਅਤੇ ਬੱਸ ਸਰਵਿਸ ਏਅਰਪੋਰਟ ਜਾਣ ਲਈ ਤੁਹਾਡੇ ਲਈ ਸ਼ੁਰੂ ਕਰ ਰਹੇ ਨੇ ਸੇਵਾਵਾਂ ਚ ਹਾਜ਼ਰ ਨੇ ਫਲੈਕਸ ਗੋ ਟਰੈਵਲ ਵਾਲੇ ਸਾਡੇ ਜਤਿੰਦਰ ਭਾਅ ਜੀ ਮੇਰੀ ਵੀ ਟਿਕਟ ਉਹਨਾਂ ਨੇ ਬੁੱਕ ਕਰਾਈ ਸੀ ਔਰ ਕੋਈ ਮੈਨੂੰ ਇਸ ਵਾਰੀ ਤਕਲੀਫ ਨਹੀਂ ਹੋਈ ਔਰ ਬਿਲਕੁਲ ਵਧੀਆ ਸਰਵਿਸ ਆਲਾ ਕਿਸਮ ਦੀ ਉਹਨਾਂ ਦੀ ਸਰਵਿਸ ਹੈ ਲੈਟਸ ਗੋ ਟਰੈਵਲ ਹਿੰਦੁਸਤਾਨ ਜਾਣਾ ਹੋਵੇ ਜਾਂ ਕਿਤੇ ਹੋਰ ਕਿਸੇ ਮੁਲਕ 'ਚ ਜਾਣਾ ਹੋਵੇ ਤਾਂ ਲੈਟਸ ਗੋ ਟਰੈਵਲ ਦਾ ਨਾਂ ਯਾਦ ਰੱਖਿਓ ਪਿੱਛੇ ਬੂਥ ਲੱਗਾ ਹੋਇਆ ਉਹਨਾਂ ਦੀ ਟਿਕਟਾਂ ਖਰੀਦੋ ਅਤੇ ਲੈਟਸ ਗੋ ਟਰੈਵਲ ਤੋਂ ਵਿਨ ਕਰੋ ਇੱਕ ਇੰਡੀਆ ਜਾਣ ਦੀ ਟਿਕਟ BC U-18 2-0 ਅਗੇਂਸਟ ਵੈਸਟ ਕੋਸਟ ਕਿੰਗਸ 2-0 ਨਾਮ ਜੀ ਲੱਕੀ ਤੇ ਲਵਲੀ ਸਾਡੇ ਜਿੰਨੇ ਤੁਸੀਂ ਸਾਈਨ ਦੇਖ ਰਹੇ ਹੋ ਇੱਥੇ ਇਸ ਵੇਲੇ ਲੱਗੇ ਹੋਏ ਦੋਨਾਂ ਪਾਸੇ ਫੀਲਡ ਦੇ ਰਾਈਟ ਲੈਫਟ ਫਰੰਟ ਬੈਕ ਇਹ ਸਾਰੇ ਲੱਕੀ ਭਾਜੀ ਤੇ ਲਵਲੀ ਭਾਜੀ ਦੀ ਕੰਪਨੀ ਆਈਡੀਅਲ ਸਾਈਨ ਜਿਹਨਾਂ ਨੇ ਬਣਾਏ ਨੇ ਜੀ ਖੂਬਸੂਰਤੀ ਉਹਨਾਂ ਦੇ ਕੰਮ ਦੇ ਵਿੱਚ ਲੱਗਦੀ ਹੈ ਸੋ ਬਹੁਤ ਵਧੀਆ ਸਾਈਨ ਤਿਆਰ ਕਰਕੇ ਉਹਨਾਂ ਨੇ ਸਾਰੇ ਦਿੱਤੇ ਨੇ ਸੋ ਅਗਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੇ ਸਾਈਨ ਬਣਾਉਣ ਦੀ ਜ਼ਰੂਰਤ ਹੈ ਅਤੇ ਲਵਲੀ ਭਾਜੀ ਅਤੇ ਲੱਕੀ ਭਾਜੀ ਦਾ ਕਰਿਓ ਗੱਲ ਤੁਸੀਂ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਸੋਹਣੇ ਸਾਈਨ ਬਣਾ ਕੇ ਦੇਣਗੇ ਤੁਹਾਨੂੰ ਬਲਜੀਤ ਸਿੰਘ ਗਿੱਲ ਉਹਨਾਂ ਨੇ $100 ਭੇਜਿਆ ਜੀ ਜਿਹੜਾ ਡਾਇਬੀਟੀਜ਼ ਦਾ ਇੱਕ ਬੂਥ ਲੱਗਾ ਹੋਇਆ ਉਹਨਾਂ ਦੀ ਰਿਸਰਚ ਬਾਰੇ ਉਹਨਾਂ ਨੇ ਹੈਲਪ ਲਈ ਬੱਚਿਆਂ ਦੀ ਜਿਹਨਾਂ ਨੂੰ ਡਾਇਬੀਟੀਜ਼ ਹੈ ਉਹਨਾਂ ਲਈ $100 ਭੇਜ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਔਰ ਮੈਂ ਤੁਹਾਨੂੰ ਵੀ ਇਨਕਰੇਜ ਕਰਦਾ ਕਿ ਜਿਹੜੀ ਰਿਸਰਚ ਹੋ ਰਹੀ ਹੈ ਸ਼ੂਗਰ ਬਾਰੇ ਉਹਦੇ ਵਿੱਚ ਤੁਹਾਡਾ ਵਡਮੁੱਲਾ ਜਿਹੜਾ ਯੋਗਦਾਨ ਬਹੁਤ ਜ਼ਰੂਰੀ ਹੈ ਡੋਨੇਸ਼ਨ ਦਿਓ ਤੁਸੀਂ ਜਾ ਕੇ
ਕਿਸੇ ਦੀ ਹੋ ਸਕਦਾ ਤੁਹਾਡੇ ਦਿੱਤੇ ਹੋਏ ਡਾਲਰਾਂ ਨਾਲ ਜਾਨ ਬਚ ਜਾਏ ਔਰ ਤੁਹਾਡੀ ਇਹ ਹੈਲਪ ਕਿਸੇ ਲਈ ਇੱਕ ਪੂਰੀ ਜ਼ਿੰਦਗੀ ਦੀ ਜਾਨ ਜਿਹੜੀ ਬਚ ਕੇ ਚੰਗੇ ਕੰਮਾਂ ਵਿੱਚ ਲੱਗੀ ਉਹ ਤੁਹਾਡੇ ਹਿੱਸੇ ਆਵੇ ਸੋ ਉਹਨਾਂ ਦਾ ਬੂਥ ਲੱਗਾ ਹੋਇਆ ਮੈਂ ਚਾਹਾਂਗਾ ਵੱਧ ਤੋਂ ਵੱਧ ਜਾ ਕੇ ਹੈਲਪ ਕਰੋ ਤੁਸੀਂ ਜਿੰਨੀ ਡੋਨੇਸ਼ਨ ਦੇ ਸਕਦੇ ਹੋ ਮੇਰਾ ਵਾਅਦਾ ਹੈ ਤੁਹਾਡੇ ਨਾਲ ਅਤੇ ਦਾਅਵਾ ਹੈ ਕਿ ਤੁਸੀਂ $10 ਦਿਓਗੇ ਮਾਲਕ ਪਰਵਰਦਿਗਾਰ ਸੱਚੇ ਪਾਤਸ਼ਾਹ ਬੜੇ ਜੀਰੋਆਂ ਲਾ ਕੇ ਤੁਹਾਨੂੰ ਨਾਲ ਦੇਵੇਗਾ ਸੋ ਜ਼ਰੂਰ ਹੈਲਪ ਕਰੋ ਜਿਹੜੀ ਕਿ ਸ਼ੂਗਰ ਦੀ ਰੀਸਰਚ ਹੋ ਰਹੀ ਹੈ ਉਹਦੇ ਬਾਰੇ ਹੈਲਪ ਕਰੋ ਬੱਚਿਆਂ ਦੀ ਹੈਲਪ ਕਰੋ ਉੱਥੇ ਜਾ ਕੇ ਹਾਜ਼ਰੀ ਲਵਾਓ ਗੱਲਬਾਤ ਕਰੋ ਉਹਨਾਂ ਨਾਲ ਜਾ ਕੇ ਸੋ ਅਸੀਂ ਰਿਣੀ ਹੈ ਉਹਨਾਂ ਦੇ ਕਿ ਉਹਨਾਂ ਨੇ ਆ ਕੇ ਇੱਥੇ ਬੂਥ ਲਾਇਆ ਹੋਇਆ ਔਰ ਇਸ ਅਵੇਅਰਨੈਸ ਨੂੰ ਦੱਸ ਰਹੇ ਨੇ ਸਾਡੇ ਆਈਡੀਅਲ ਸਨ ਦੇ ਲੱਕੀ ਅਤੇ ਲਵਲੀ ਭਾਅ ਜੀ ਟੂਰਨਾਮੈਂਟ ਦੇ ਪ੍ਰਬੰਧਾਂ ਨੂੰ ਦੇਖ ਕੇ $500 ਦਾ ਇਨਾਮ ਭੇਜ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਨਵਾਜਿਸ਼ ਮਿਹਰਬਾਨੀ ਟਰਾਂਸਪੋਰਟ ਦੇ ਸਾਡੇ ਸੁੱਖ ਪੰਧੇਰ ਜੀ ਅਤੇ ਜੱਸੀ ਮਾਂਗੜ ਜੱਗਾ ਹੇਰ ਅਤੇ ਸਰਦਾਰ ਗੁਰਪਿੰਦਰ ਸਿੰਘ ਪੰਧੇਰ ਇਹ ਸਾਡੀ ਹਰ ਸਾਲ ਬੜੀ ਮਾਲੀ ਮਦਦ ਕਰਦੇ ਨੇ ਜੀ ਮੈਂ ਇਹਨਾਂ ਨੂੰ ਪਹਿਲਾਂ ਤਾਂ ਧੰਨਵਾਦ ਦਿੰਦਾ ਆਪਣੀ ਸਾਰੀ ਈਸਟ ਵੈਸਟ ਕੋਸਟ ਜਿਹੜੀ ਫੀਲਡ ਹਾਕੀ ਕਲੱਬ ਹੈ ਕੈਨੇਡਾ ਕੱਪ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਦੀ ਮੈਂ ਇਹਨਾਂ ਨੂੰ ਬੇਨਤੀ ਵੀ ਕਰਾਂਗਾ ਸਾਰੇ ਪੰਧੇਰ ਸਾਹਿਬ ਜਿੰਨੇ ਆਏ ਹੋਏ ਨੇ ਇੱਥੇ ਮਾਂਗੜ ਭਾਅ ਜੀ ਹੇਰ ਭਾਅ ਜੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਮੰਚ 'ਤੇ ਆਉਣ ਸਾਡੇ ਨਾਲ ਇੱਥੇ ਆ ਕੇ ਬੈਠਣ ਸੋ ਟੂਰਨਾਮੈਂਟ ਕਮੇਟੀ ਵੱਲੋਂ ਅਸੀਂ ਸੱਦਾ ਦੇ ਰਹੇ ਹਾਂ ਉਹਨਾਂ ਨੂੰ ਸੁੱਖ ਪੰਧੇਰ ਭਾਅ ਜੀ ਪਲੀਜ਼ ਕਮ ਟੂ ਦਿ ਸਟੇਜ ਉਹਨਾਂ ਦੇ ਮਾਣ ਸਨਮਾਨ ਲਈ ਸਾਡੇ ਕਲੱਬ ਦੇ ਮੈਂਬਰ ਜਿਹੜੇ ਮੌਜੂਦ ਨੇ ਇੱਥੇ ਸੋ ਸੁੱਖ ਪੰਧੇਰ ਭਾਅ ਜੀ TMG ਟਰਾਂਸਪੋਰਟ ਵਾਲੇ ਸਾਡੇ ਵੀਰ ਜਿਹੜੀ ਮਦਦ ਕਰਦੇ ਨੇ ਸਾਡੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜ਼ਰੂਰ ਇੱਥੇ ਮੰਚ 'ਤੇ ਆਉਣ ਔਰ ਆਪਣਾ ਇਹ ਮਾਣ ਸਨਮਾਨ ਜਿਹੜਾ ਕਲੱਬ ਦੇ ਰਹੀ ਹੈ ਉਹ ਜ਼ਰੂਰ ਪ੍ਰਾਪਤ ਕਰੋ ਜੀ ਆਪਣਾ ਡਰਾਈ ਵਾਲ ਵੱਲੋਂ ਜੀ $100 ਦਾ ਇਨਾਮ ਸੰਘੇੜਾ ਬ੍ਰਦਰਸ ਵੱਲੋਂ ਦਿੱਤਾ ਜਾਏਗਾ ਵੈਸਟ ਕੋਸਟ ਦੀ ਟੀਮ ਨੂੰ ਅਗਰ ਕੋਈ ਗੋਲ ਕਰੇਗਾ ਉਹਨਾਂ ਦਾ ਖਿਡਾਰੀ $100 ਦਾ ਇਨਾਮ ਦਿੱਤਾ ਜਾਏਗਾ ਮਿੱਤਰੋ $100 ਲੱਗਣ ਲੱਗ ਪਿਆ ਅਤੇ ਵੱਧ ਜਾਣਾ ਹੁਣ ਦੇਖਿਓ ਹੋਰ ਵੀ ਕਈ 100 ਹੋਣਗੇ ਸੋ ਮੈਂ ਇਹ ਪਹਿਲੇ ਪੁੱਛਣਾ ਕਿ ਜੇ ਪੈਰੈਂਟਰੀ ਸਟੋਕ 'ਤੇ ਗੱਲ ਪਹੁੰਚ ਜਾਏ ਤਾਂ ਫਿਰ ਉਹਨੇ ਜਿੰਨੇ ਗੋਲ ਹੋਣਗੇ ਉਹਨੇ $100 ਹਾਏ ਹਾਏ ਖਿੜਕ ਗਏ ਬੜੇ ਮਾਸੂਮ ਨੇ ਸਾਜਰ ਸ਼ਰਾਰਤ ਕਰ ਹੀ ਜਾਂਦੇ ਨੇ ਕਰਦੇ ਰਾਤ ਨੂੰ ਵਾਅਦੇ ਦੇ ਨੇ ਕੁਛ ਕਰ ਵੀ ਜਾਂਦੇ ਨੇ